ਵਰਨਾ ਕਾਰ ਅਤੇ ਸਕੂਟੀ ਦੀ ਭਿਆਨਕ ਟੱਕਰ ਹੋਈ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਅਤੇ ਇੱਕ ਗੰਭੀਰ ਰੂਪ ਨਾਲ ਜ਼ਖਮੀ ਦੱਸਿਆ ਜਾ ਰਿਹਾ। ਦਰਅਸਲ ਧੁੰਦ ਇਸ ਹਾਦਸੇ ਦੀ ਵਜ੍ਹਾ ਦੱਸੀ ਜਾ ਰਹੀ ਹੈ ਤਾਂ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ ਨੇ। ਦਰਅਸਲ ਕਿਹਾ ਜਾ ਰਿਹਾ ਕਿ ਲਹਿਰਾ ਗਾਗਾ ਦੇ ਕੋਲ ਇਹ ਹਾਦਸਾ ਹੋਇਆ, ਜਿੱਥੇ ਕਿ ਇਹ ਹਾਦਸਾ ਹੋਇਆ ਉੱਥੇ ਹੀ ਪੈਟਰੋਲ ਪੰਪ ਸੀ ਅਤੇ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਹਾਦਸੇ ਦੀਆਂ ਤਸਵੀਰਾਂ ਕੈਦ ਹੋਈਆਂ ਨੇ। ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸੜਕ ਹੈ ਅਤੇ ਉਸਦੇ ਉੱਤੇ ਜੋ ਵਾਹਨ ਨੇ ਉਹ ਨਿਕਲਦੇ ਨਜ਼ਰ ਆ ਰਹੇ ਨੇ ਅਤੇ ਇਸੇ ਦੌਰਾਨ ਇੱਕ ਕਾਰ ਦੀ ਟੱਕਰ ਐਕਟਿਵਾ ਦੇ ਨਾਲ ਹੋ ਜਾਂਦੀ ਹੈ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਕਾਰ ਐਕਟਿਵਾ ਨੂੰ ਧੂ ਕੇ ਕਾਫ਼ੀ ਦੂਰ ਤੱਕ ਲੈ ਜਾਂਦੀ ਹੈ ਅਤੇ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ, ਜਦਕਿ ਉਸਦਾ ਦੂਸਰਾ ਸਾਥੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ। ਫਿਲਹਾਲ ਵਰਨਾ ਕਾਰ ਦਾ ਜੋ ਚਾਲਕ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ ਅਤੇ ਦੂਜੇ ਪਾਸੇ ਇਹ ਹਾਦਸਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਇਆ ਹੈ। ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਭਿਆਨਕ ਟੱਕਰ ਹੁੰਦੀ ਹੈ। ਹਾਲਾਂਕਿ ਜਦੋਂ ਕਾਰ ਆ ਕੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਰੁਕਦੀ ਹੈ ਤਾਂ ਐਕਟਿਵਾ ਉਸ ਕਾਰ ਦੇ ਨੀਚੇ ਫਸੀ ਹੋਈ ਨਜ਼ਰ ਆ ਰਹੀ ਹੈ, ਜੋ ਕਿ ਖੁਦ ਬਿਆਨ ਕਰ ਰਹੀ ਹੈ ਕਿ ਇਹ ਟੱਕਰ ਕਿੰਨੀ ਜ਼ਬਰਦਸਤ ਰਹੀ ਹੋਵੇਗੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਫਿਲਹਾਲ ਮੌਕੇ 'ਤੇ ਹੁਣ ਪੁਲਿਸ ਪਹੁੰਚੀ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਸੰਗਰੂਰ ਦੇ ਲਹਿਰਾ ਗਾਗਾ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਅਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਹ ਹਾਦਸਾ ਆਪਣਾ ਲਹਿਰੇ ਕਰਕੇ ਹੋਇਆ, ਲੀਲਾ ਕੈਂਚੇ 'ਚ HP ਦਾ ਪੰਪ ਹੈ ਜੀ, ਅਤੇ ਅਸੀਂ ਅੰਦਰ ਪੰਪ 'ਤੇ ਬੈਠੇ ਹਿਸਾਬ ਕਿਤਾਬ ਕਰਨ ਰਹੇ ਸੀ। ਇਹ 7 ਵਜੇ ਤਕਰੀਬਨ 7:15 ਦਾ ਹਾਦਸਾ ਹੈ ਸ਼ਾਮ ਰਾਤ ਵੇਲੇ ਦਾ, ਅਤੇ ਜਦੋਂ ਅਸੀਂ ਹਿਸਾਬ ਕਰਨ ਰਹੇ ਇੱਕਦਮ ਸਾਨੂੰ ਆਵਾਜ਼ ਆਈ ਬਹੁਤ ਜ਼ਿਆਦਾ, ਮਤਲਬ ਧਮਾਕੇਦਾਰ ਆਵਾਜ਼ ਆਈ। ਅਸੀਂ ਦੇਖਿਆ ਵੀ ਸਾਨੂੰ ਲੱਗਿਆ ਵੀ ਗੱਡੀ ਵਗੈਰਾ ਕਿਸੇ ਨੇ ਟਰੱਕ ਵਗੈਰਾ ਡਾਲੇ 'ਚ ਮਾਰਿਆ ਹੋਊਗਾ, ਗੱਡੀਆਂ ਖੜ੍ਹੀਆਂ ਹੁੰਦੀਆਂ ਨੇ ਪੰਪ 'ਤੇ। ਜਦੋਂ ਭੱਜ ਕੇ ਅਸੀਂ ਗਏ ਇੱਥੇ ਤਾਂ ਮੌਕੇ 'ਤੇ ਵਰਨਾ ਕਾਰ 'ਚ 4 ਮੁੰਡੇ ਕਾਰ ਚਲਾ ਰਹੇ ਸੀ, ਅਤੇ ਜਦੋਂ ਦੇਖਿਆ ਸੀ ਉਹਨਾਂ ਦੀ ਕਾਰ ਐਕਸੀਡੈਂਟ ਸੀ। ਜਦੋਂ ਅਸੀਂ ਪਿੱਛੇ ਨਿਗਾਹ ਮਾਰੀ ਪਿੱਛੇ ਵੱਲ ਪੰਪ ਦੇ ਰੋਡ 'ਤੇ ਤਾਂ ਉੱਥੇ ਇੱਕ ਐਕਟਿਵਾ ਟੁੱਟੀ ਡਿੱਗੀ ਪਈ ਸੀ। ਜਦੋਂ ਅਸੀਂ ਐਕਟਿਵਾ ਕੋਲ ਗਏ ਤਾਂ ਦੋ ਬੰਦੇ, ਮਤਲਬ ਜਿਹੜੇ ਐਕਟਿਵਾ ਡਰਾਈਵ ਕਰ ਰਹੇ ਸੀ ਉਹ ਖੜ੍ਹੇ ਸੀ, ਅਤੇ ਮਤਲਬ ਉੱਥੇ ਉਸ ਟਾਈਮ ਬੇਹੋਸ਼ ਪਏ ਸੀ। ਜਦੋਂ ਅਸੀਂ ਪਹਿਚਾਣ ਕਰਨ ਦੀ ਕੋਸ਼ਿਸ਼ ਕਰੀ, ਇੱਕ ਦੀ ਸਾਨੂੰ ਪਹਿਚਾਣ ਆਈ ਮੌਕੇ 'ਤੇ ਵੀ, ਸਾਡਾ ਇੱਕ ਆਪਰੇਟਰ ਭਾਈ ਹੈ ਕਾਲਾ ਸੋਈ ਆ, ਉਹਦਾ ਨਾਮ ਹੀ ਜਮਾਰ ਵਾਲੇ ਤੋਂ ਹੈ, ਅਤੇ ਮਤਲਬ ਅਸੀਂ ਨਾਲ ਦੀ ਨਾਲ ਮਤਲਬ ਹਰਕਤ 'ਚ ਆਏ, ਰੋਲਾ ਪੈਰਾ ਪਾਇਆ ਵੀ, ਮਤਲਬ ਆਪਣਾ ਮੁੰਡਾ ਸੀਗਾ ਡੈਥ ਹੋਈ ਹੈ, ਕੀ ਨਾਮ ਹੈ ਉਸਦਾ ਨਾਮ ਵਿਕਰ ਸਿੰਘ ਹੈ ਜੀ। ਉਹ ਸਾਨੂੰ ਬਾਅਦ ਵਿੱਚ ਪਛਾਣ ਆਈ, ਅਸੀਂ ਪਹਿਲਾਂ ਉਸਦੀ ਪਛਾਣ 'ਚ ਨਹੀਂ ਆ ਰਿਹਾ ਸੀ ਵੀ ਉਹਦੀ ਕੀ ਪਹਿਚਾਣ ਹੈ ਕੀ ਨਹੀਂ, ਅਤੇ ਉਸ ਤੋਂ ਬਾਅਦ ਅਸੀਂ ਕਾਰ ਵਾਲੇ ਮੁੰਡਿਆਂ ਦਾ ਨਹੀਂ ਤਰਫ ਆਏ ਵੀ ਤੁਸੀਂ ਮਤਲਬ ਕੋਈ ਹਰਕਤ ਨਾ ਕਰੋ, ਭੱਜਣ ਦੀ ਕੋਸ਼ਿਸ਼ ਨਾ ਕਰੋ, ਕੁਛ ਵੀ ਨਾ ਕਰੋ। ਉਹ ਥੋੜ੍ਹਾ ਜਿਹਾ ਘਬਰਾਹਟ ਮੰਨ ਰਹੇ ਸੀ, ਉਹਨਾਂ ਨੂੰ ਅਸੀਂ ਕਿਹਾ ਵੀ ਤੁਹਾਨੂੰ ਕੁਛ ਨਹੀਂ ਕਹਿੰਦੇ, ਕੋਈ ਮਾਰ ਕਟਾਈ ਉਹਨਾਂ ਦੀ ਕਿਸੇ ਨੇ ਕੁਛ ਵੀ ਕੋਈ ਮਾਰ ਕਟਾਈ ਨਹੀਂ ਕੀਤੀ। ਚਲੋ ਘਬਰਾਹਟ ਹੈਗੀ ਸੀ, ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇੱਕ ਮਿੰਟ ਖੜ੍ਹ ਜਾਓ, ਅਸੀਂ ਬੋੜੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਅਸੀਂ ਮਤਲਬ ਆਈਡੈਂਟੀਫਾਈ ਕਰਕੇ ਪਹਿਲਾਂ ਇਹਨਾਂ ਨੂੰ ਅਸੀਂ ਰੈਫਰ ਕਰ ਦਈਏ ਹੋਸਪਿਟਲ ਵਗੈਰਾ 'ਚ। ਕਿੰਨੇ ਜ਼ਖਮੀ ਹੋਏ ਆ, ਕੀ ਹਾਲਾਤ? ਦੋ ਮੁੰਡੇ ਸੀ ਐਕਟਿਵਾ 'ਤੇ ਆਉਂਦੇ ਰਹੇ ਸੀ ਉਹ, ਅਤੇ ਇੱਕ ਦਾ ਨਾਮ ਵਿਕਰ ਸੀ ਅਤੇ ਇੱਕ ਦਾ ਨਾਮ ਕਾਲਾ ਸੀ। ਕਾਲੇ ਨੂੰ ਅਸੀਂ ਮੌਕੇ 'ਤੇ ਆਪਣੀ ਕਾਰ 'ਚ ਬਿਠਾ ਕੇ ਸਰਕਾਰੀ ਹੋਸਪਿਟਲ 'ਚ ਲੈ ਗਏ, ਅਤੇ ਵਿਕਰ ਨੂੰ ਬਿਠਾਉਣ ਵਾਸਤੇ ਅਸੀਂ ਕਾਰ ਮਤਲਬ ਹੋਰ ਮੰਗਾਈ ਸੀ ਯਾਰ ਦੋਸਤ ਦੀ, ਅਤੇ ਪਰ ਜਦਕਿ ਵਿਕਰ ਤਾਂ ਮੌਕੇ 'ਤੇ ਹੀ ਐਕਸਪਾਇਰ ਹੋ ਗਿਆ, ਅਤੇ ਕਾਲੇ ਨੂੰ ਉੱਥੇ ਰੈਫਰ ਕਰਤਾ ਜੀ, ਪਟਿਆਲੇ ਰੈਫਰ ਕਰਤਾ ਜੀ। ਵਿਕਰ ਸਿੰਘ ਨਾਂ ਆਪਣੇ ਲਹਿਰੇ ਦਾ ਸੀ ਬੰਦਾ ਜੀ, ਉਹਦੇ ਨਾਲ ਇੱਕ ਮੁੰਡਾ ਬੈਠਾ ਸੀ ਕਾਲਾ ਸਿੰਘ ਜਵਾਰਕੇ ਦਾ ਜੀ, ਇਹ ਲੇਲਕਰਾਂ ਚੌਂਕ ਵੱਲੋਂ ਆ ਰਹੇ ਸੀ ਸਰ। ਜਦੋਂ ਆਪਣੇ ਆਹ ਪੈਟਰੋਲ ਪੰਪ ਕੋਲ ਪਹੁੰਚੇ ਆ ਇਹ, ਇੱਧਰੋਂ ਵਰਨਾ ਜਿਹੜੀ ਗੱਡੀ ਆ ਇਹਦਾ ਨੰਬਰ ਹੈਗਾ ਸਰ HR 70D 1058। ਇਹਦੇ ਵਿੱਚ 3-4 ਮੁੰਡੇ ਸਵਾਰ ਸੀ ਜੀ, ਜਿਨ੍ਹਾਂ ਦੀ ਹੋਇਆ ਸੀ ਉਹਨਾਂ ਨੇ ਵਿੱਚ ਮਾਰੀ ਆ ਸਕੂਟਰੀ ਦੇ ਆ ਕੇ।
ਤੇ ਜਿਹੜਾ ਬੰਦਾ ਆ ਰਿਹਾ ਸੀ ਬਿੱਕਰ ਸਿੰਘ, ਉਹਦੀ ਮੌਕੇ ਤੇ ਮੌਤ ਹੋ ਗਈ ਹੈ ਜੀ, ਤੇ ਜਿਹੜਾ ਦੂਜਾ ਬੰਦਾ ਉਹ ਫੱਟੜ ਹੋ ਗਿਆ ਸਰ। ਹੁਣ ਕਾਰਵਾਈ ਅਮਰ ਵਿੱਚ ਲਿਆਵਾਂਗੇ ਜੀ ਅਸੀਂ, 304 ਦਾ ਪਰਚਾ ਦੇਵਾਂਗੇ। ਇਹ ਸਰ ਲੇਲ ਕਲਾਂ ਤੋਂ ਜਿਹੜਾ ਆਪਣਾ ਲਹਿਰਾ ਸਰ, ਇਹਦੇ ਵਿਚਕਾਰ ਜੇ ਹੋਇਆ ਸੜਕ ਦੇ ਪੈਟਰੋਲ ਪੰਪ ਦੇ ਸਾਹਮਣੇ ਹੋਇਆ ਸਰ, ਨਹੀਂ ਗੱਡੀ ਮਿਲ ਗਈ ਆ ਜਦੋਂ ਸਰ, ਗਲਤੀ ਗੱਡੀ ਦੀ ਆ ਸਾਰੀ ਪਤਾ ਲੱਗ ਰਿਹਾ ਸਰ ਦੱਸਣ ਮੁਤਾਬਕ। ਦੋ ਬੰਦੇ ਨੇ ਸਰ ਨਾ, ਇੱਕ ਮਰ ਗਿਆ ਜਿਹਦੇ ਵਿੱਚੋਂ ਬਿੱਕਰ ਸਿੰਘ ਦੀ ਮੌਤ ਹੋ ਗਈ, ਕਾਲਾ ਸਿੰਘ ਦੇ ਸੱਟਾਂ ਵੱਜੀਆਂ ਨੇ ਜੀ। ਆ ਸਾਰਾ ਪਰਿਵਾਰ ਵੀ ਆਇਆ ਖੜਿਆ ਜੀ, ਲੈ ਕੇ ਗਏ ਨੇ, ਹੁਣ ਡੈੱਡ ਬੋਡੀ ਭੇਜੀ ਆ ਜੀ ਹਸਪਤਾਲ ਮੂਨਕ ਪੋਸਟਮਾਰਟਮ ਲਈ।